ਸੋ ਧੀਰਗਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵਾਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਦੇ ਆਪਾਂ ਪੰਜਾਬ ਦੇ ਮੌਸਮ ਦੀ ਕਿ 16 ਮਾਰਚ ਅੱਜ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਮੌਸਮ ਵਿੱਚ ਹੈ ਜਾਨੀ ਕਿ ਅੱਜ ਪੂਰੀ ਰਾਤ ਕੀ ਕੀ ਹਲਚਲ ਰਹੇਗੀ ਕਿਉਂਕਿ ਇੱਕ ਛੋਟੇ ਬੱਦਲ ਦੇ ਸਿਸਟਮ ਨੇ ਜਿਹੜੇ ਪੰਜਾਬ ਵਿੱਚ ਅੱਜ ਰਾਤ ਨੂੰ ਐਂਟਰ ਹੋ ਸਕਦੇ ਨੇ ਤੇ ਜਿਸ ਦੇ ਚੱਲਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਕਿ ਆਪਾਂ ਪਹਿਲਾਂ ਸੈਟੇਲਾਈਟ ਤਸਵੀਰ ਵਿੱਚ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਜਿਹੜਾ ਹਲਕੀ ਟੁੱਟਵੇਂ ਬੱਦਲਵਾਈ ਦਾ ਦੌਰ ਹੈ ਉਹ ਜਾਰੀ ਹੈ ਜਿਵੇਂ ਕਿ ਆਪਾਂ ਸਵੇਰੇ ਵੀ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਹਲਕੀ ਟੁੱਟਵੇਂ ਬੱਦਲਵਾਈ ਕਈ ਹਿੱਸਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਰਹੇਗੀ ਤਾਂ ਉਸੇ ਤਰ੍ਹਾਂ ਹੁਣ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਇੱਕ ਜਿਹੜਾ ਛੋਟੇ ਜਿਹੇ ਬੱਦਲੀ ਸਿਸਟਮ ਨੇ ਉਹ ਪੱਛਮੀ ਪਾਸੇੋਂ ਪੰਜਾਬ ਵਿੱਚ ਐਂਟਰ ਹੋ ਸਕਦੇ ਨੇ ਜਿਹੜੇ ਕਿ ਅੱਜ ਲਗਭਗ ਅੱਧੀ ਦੇਰ ਸ਼ਾਮ ਤੋਂ ਲੈ ਕੇ ਰਾਤ ਦੇ ਪਹਿਲੇ ਬੜਾ ਤੋਂ ਲੈ ਕੇ ਅੱਧੀ ਰਾਤ ਤੱਕ ਸੋ ਹੋ ਸਕਦਾ ਹੈ ਕਿ ਰਾਤ ਦੇ ਸਮੇਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਆਪਾਂ ਨੂੰ ਗਰਜ ਚਮਕ ਨਾਲ ਬੂੰਦਾਬੰਦੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਕੁਝ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਹਲਕੇ ਫੁਲਕੇ ਛੋਟੇ ਦਰਮਿਆਨੇ ਸਪੈਲ ਵੀ ਲੱਗ ਸਕਦੇ ਨੇ ਮੀਂਹ ਦੇ ਜੇਕਰ ਇਲਾਕਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਤੋਂ ਪੰਜਾਬ ਦੇ ਕੁਝ ਜਿਹੜੇ ਪੱਛਮੀ ਸਰਹੱਦੀ ਇਲਾਕੇ ਹੋਣਗੇ ਤਾਂ ਉਹਨਾਂ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਬਰਗਰਜ ਚਮਕ ਨਾਲ ਕੁਝ ਹਿੱਸਿਆਂ ਵਿੱਚ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਵਿੱਚ ਫਾਜ਼ਿਲਕਾ ਤੋਂ ਲੈ ਕੇ ਫਿਰੋਜ਼ਪੁਰ ਤਰਨਤਾਰਨ ਅਤੇ ਮਰਦਸਰ ਦੇ ਕੁਝ ਭਾਗ ਇਸ ਤੋਂ ਇਲਾਵਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਇਹਨਾਂ ਹਿੱਸਿਆਂ ਵਿੱਚ ਵੀ ਹਲਕੇ ਟੁੱਟਵੇਂ ਬੱਦਲਵਾਈ ਬਣ ਸਕਦੀ ਹੈ ਤੇ ਇਹਨਾਂ ਜ਼ਿਲ੍ਹਿਆਂ ਦੇ ਵੀ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਹਲਕਾ ਫੁਲਕਾ ਮੀਂਹ ਜਾਂ ਫਿਰ ਬੂੰਦਾਬੰਦੀ ਦਾ ਮਾਹੌਲ ਕੁਝ ਕੁ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਕੋਈ ਕੋਈ ਜ਼ਿਆਦਾ ਸਾਰ ਹਾਲੇ ਨਜ਼ਰ ਤਰਨਤਾਰਨ ਤੋਂ ਲੈ ਕੇ ਅਮਰਤਸਰ, ਕਪੂਰਥਲਾ ਤੇ ਜਲੰਧਰ ਤੇ ਲੁਧਿਆਣੇ ਜ਼ਿਲ੍ਹੇ ਦੀ ਵੀ ਇੱਕ ਦੋ ਭਾਗਾਂ ਵਿੱਚ ਹਲਕੀ-ਫੁਲਕੀ ਬੱਦਲਵਾਈ ਦੇ ਅਧੀਨ ਆਪਾਂ ਨੂੰ ਬੂੰਦਾਬੰਦੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ। ਇਹ ਰਾਤ ਦੇ ਸਮੇਂ ਜੋ ਹਵਾਵਾਂ ਹੋਣਗੀਆਂ ਉਹ ਲਗਭਗ ਉੱਤਰ ਅਤੇ ਪੱਛਮ ਦਿਸ਼ਾ ਤੋਂ ਲਗਾਤਾਰ ਚਲਦੀਆਂ ਰਹਿਣਗੀਆਂ ਹਲਕੀ ਰਫ਼ਤਾਰ ਦੇ 5 ਤੋਂ ਲੈ ਕੇ 15 ਕਿਲੋਮੀਟਰ ਤੱਕ ਤੇ ਇਸ ਤੋਂ ਵੀ ਨਾ ਜੇਕਰ ਇਹ ਬੱਦਲ ਸਿਸਟਮ ਇਸ ਤਰ੍ਹਾਂ ਥੋੜੇ ਜਿਹਾ ਹੋਰ ਪ੍ਰਭਾਵੀ ਰੂਪ ਨਾਲ ਅੱਗੇ ਵਧਦੇ ਨੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਅਗਲੇ ਹਿੱਸੇ ਜਿਵੇਂ ਹੁਸ਼ਿਆਰਪੁਰ ਤੋਂ ਲੈ ਕੇ ਐਸਬੀਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਤੇ ਕੁਝ ਪੂਰਬੀ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਫੁਲਕੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਜਿਹੜਾ ਬਰਸਾਤੀ ਦੌਰ ਆ ਸਾਰੇ ਪੰਜਾਬ ਵਿੱਚ ਬਿਲਕੁਲ ਨਹੀਂ ਹੋਵੇਗਾ ਪੰਜਾਬ ਦੇ ਕੁਝ ਲਗਭਗ 10 ਤੋਂ ਲੈ ਕੇ 25- ਲਗਦੀਆਂ ਨੇ